ਵਾਜਬੀ ਰਹਿ ਜੀ ਕੀ ਮਾਮਲਾ ਸਰ ਸਰ ਇਹ ਪੰਗੂ ਡਾਕਟਰ ਆ ਜੀ ਮਾਲਾ ਤੋਂ ਸਰ ਅਸੀਂ ਪੈਸੇ ਦੇ ਕੇ ਰਸਤਾ ਲਿਆ ਵਾ ਇਹਨੇ ਉੱਥੇ ਕੋਠੀ ਦੇ 5 ਸਾਲ ਹੋ ਗਏ ਆ ਕਬਜ਼ਾ ਕਰਕੇ ਬੈਠਾ ਸੀ ਕਿਉਂਕਿ ਜਿਹੜੇ ਕੋਠੀ ਕਲੋਨੀ ਦੇ ਮਾਲਕ ਸੀ ਉਹ ਆਣ ਕੇ ਕਹਿੰਦੇ ਹੁੰਦੇ ਸੀ ਕਿ ਰਜਿਸਟਰੀ ਕਰਾਓ ਰਜਿਸਟਰੀ ਕਰਾਓ ਇਹ ਮਿਲਦਾ ਨਹੀਂ ਸੀ ਹੁੰਦਾ ਨਹੀਂ ਮਿਸਿੰਗ ਨੂੰ ਕਹਿੰਦੇ ਹੁੰਦੇ ਸੀ ਲੇਕਿਨ ਹੁਣ ਇਹਨੇ ਰਜਿਸਟਰੀ ਕਰਵਾ ਲਈ ਆ ਉਹ ਰਸਤਾ ਬੰਦ ਕਰ ਵਿੱਚ ਬੰਦ ਲਿਖਾ ਦਿੱਤਾ ਪਰ ਸਰ ਉੱਥੇ ਹੋਰ ਵੀ ਘਰ ਹੈਗੇ ਉਹਨਾਂ ਦੀਆਂ ਵੀ ਰਜਿਸਟਰੀਆਂ ਚੈੱਕ ਕੀਤੀਆਂ ਜਾਣ ਵੀ ਰਸਤਾ ਬੰਦ ਆ ਜੇ ਰਸਤਾ ਬੰਦ ਆ ਉੱਥੇ ਪਲਾਟ ਉਹ ਅਸੀਂ ਪੈਸੇ ਦੇ ਕੇ ਖਰੀਦਿਆ ਲੇਕਿਨ ਸਰ ਸਾਡੀ ਸਾਰੀ ਕਲੋਨੀ ਆ ਜੀ 28 ਘਰਾਂ ਸੀ ਰਸਤਾ ਪਹਿਲੇ ਦੇ ਗਏ ਤੇ ਬਾਅਦ ਚ ਨਹੀਂ ਸਰ ਇੱਕ ਪਲਾਟ ਖਰੀਦਿਆ ਗਾੜੀ ਵੀ ਰਸਤਾ ਹੈਗਾ ਇਹ ਵੀ ਪੈਲਸਰਾ ਕੋ ਰਸਤਾ ਵੀ ਆਉਂਦਾ ਪਰ ਇਹ ਵਿੱਚ ਇੱਕ ਪਲਾਟ ਆਉਂਦਾ ਸੀ ਇਹ ਅਸੀਂ ਪੈਸੇ ਦੇ ਕੇ ਸਾਰੀ ਕਲੋਨੀ ਨੇ ਖਰੀਦ ਲਿਆ ਤੇ ਸਾਨੂੰ ਇਹ ਰਸਤਾ ਸਿੱਧਾ ਰਹੇਗਾ ਉਦੋਂ ਕੀ ਗੱਲ ਹੋਈ ਸਰ ਉਦੋਂ ਹੀ ਰਾਤ ਖੜੇ ਸੀ ਇੱਕ ਲੇਡੀ ਸੀ ਮੇਰੇ ਨਾਲ ਉਹ ਖੜੇ ਸੀ ਮੈਂ ਖੜੀ ਸੀ ਇੱਕ ਸਾਡੇ ਕਲੋਨੀ ਚ ਦਰਬਾਰ ਸਾਹਿਬ ਲੱਗੇ ਵੀਰ ਜੀ ਉਹ ਖੜੇ ਸੀ ਇਹ ਆਇਆ ਗੱਡੀ ਤੇ ਪਹਿਲਾਂ ਸਿੱਧਾ ਚਲਾ ਗਿਆ ਫਿਰ ਵਾਪਸ ਆਇਆ ਆਣ ਕੇ ਸਾਡੇ ਕੋਲ ਗੰਦੇ ਗੰਦੇ ਗਾਣੇ ਲਾਏ ਆ ਵੀਰ ਜੀ ਨੇ ਵੀ ਕਿਹਾ ਕਿ ਨਵਾਂ ਤੀਆਂ ਖੜੀਆਂ ਤੂੰ ਇੱਥੋਂ ਚਲਾ ਜਾ ਮੈਂ ਵੀ ਕਿਹਾ ਤੇ ਸਾਨੂੰ ਗਾਲਾਂ ਕੱਢਣ ਡੈ ਪਿਆ ਤੇ ਮੈਂ ਕਿਹਾ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਇੱਥੋਂ ਚਲਾ ਜਾ ਕਹਿੰਦਾ ਫੌਜਰ ਨੂੰ ਚਾ ਕੇ ਤੇ ਗੱਡੀ 'ਚ ਸੁੱਟੋ ਮੇਰੀ ਬਾਹ ਤੇ ਸੱਟਾਂ ਲੱਗੀਆਂ ਫਿਰ ਇਹ ਵੀਰ ਜੀ ਗੱਡੀ ਠਾ ਸ਼ੀਸ਼ਾ ਕਰ ਲੱਗੇ ਖਿੱਚਣ ਡਏ ਆ ਉਹਦੀ ਬਾਰੀ ਖੋਲਣ ਡਏ ਆ ਤੇ ਇਹਨੇ ਉਹਨਾਂ ਦੇ ਵੀ ਸੱਟ ਲਾਈ ਹੋਈ ਆ ਵੀਰ ਜੀ ਦੀ ਬਾਹ ਤੇ ਲੱਗੀ ਆ ਮੁੰਡਿਆਂ ਨੇ ਆਣ ਕੇ ਗੱਡੀ ਭੰਨੀ ਆ ਰਿਵਾਲਵਰ ਇਹਦੇ ਕੋਲ ਆ ਤਿੰਨ ਇਹਦੇ ਕੋਲ ਬੰਦੇ ਆ ਨਾਲ ਇਹਦੇ ਦੋ ਜਣੇ ਹੋਰ ਤੀਜਾ ਆਏ ਆ ਤਿੰਨ ਬੰਦੇ ਆ ਰਿਵਾਲਵਰ ਵੀ ਅਸੀਂ ਪੁਲਿਸ ਨੂੰ ਦਿੱਤਾ ਗੱਡੀ ਵੀ ਅਸੀਂ ਪੁਲਿਸ ਨੂੰ ਦਿੱਤੀ ਆ ਬੰਦੇ ਵੀ ਅਸੀਂ ਤਿੰਨ ਫੜਾਏ ਪੁਲਿਸ ਨੂੰ ਕਿਹਾ ਕਿ ਇਹਨਾਂ ਦਾ ਮਲਾਜਾ ਕਰੋ ਇਹਨਾਂ ਦਾਰੂ ਪੀਤੀ ਪੁਲਿਸ ਨੇ ਉਹਨਾਂ ਦਾ ਮਲਾਜਾ ਨਹੀਂ ਕੀਤਾ ਰਿਵਾਲਵਰ ਵੀ ਲੈ ਆਏ ਗੱਡੀ ਵੀ ਲੈ ਆਏ ਪਰ ਬੰਦਿਆਂ ਨੂੰ ਕੁਝ ਨਹੀਂ ਕਿਹਾ ਸਰ ਅਸੀਂ ਸਾਡੇ ਮੁੰਡਿਆਂ ਨੇ ਭੰਨਿਆ ਆਪਣੇ ਬਚਾਅ ਵਾਸਤੇ ਜਦੋਂ ਮੈਨੂੰ ਵਿੱਚ ਸੁੱਟ ਰਿਹਾ ਸੀ ਪੁਲਿਸ ਨੂੰ ਕੈਮਰੇ ਲੱਗੇ ਹੋਏ ਆ ਅਸੀਂ ਪੁਲਿਸ ਨੂੰ ਸਾਰਾ ਕੁਝ ਦੱਸਤਾ ਇਹ ਕਹਿੰਦਾ ਸੀ ਕਿ ਮੈਂ ਵਾਪਸ ਨਹੀਂ ਆਇਆ ਪਰ ਪੁਲਿਸ ਨੇ ਸਬੂਤ ਵਿਖਾਤਾ ਕਿ ਜਦੋਂ ਇੱਕ ਵਾਰੀ ਚਲੇ ਗਿਆ ਸੀ ਬਾਅਦ 'ਚ ਕੀ ਲੈਣ ਆਇਆ ਸੀ ਇਹਦਾ ਘਰ ਇੱਕ ਸਾਈਡ ਪੈਂਦਾ ਜਦੋਂ ਵਾਪਸ ਆਇਆ ਇਹ ਦੂਸਰੀ ਸਾਈਡ ਮੁੜਿਆ ਉੱਥੇ ਇੰਡੀਕੇਟਰ ਦੇ ਰਿਹਾ ਸਾਰੇ ਪ੍ਰੂਫ ਵੀਡੀਓ CCTV ਕੈਮਰੇ ਦੇ ਵਿੱਚੋਂ ਵੀਡੀਓ ਪੁਲਿਸ ਲੈ ਕੇ ਆਈ ਸਾਡੇ ਘਰ ਅਸੀਂ ਇਨਸਾਫ ਦੀ ਮੰਗ ਕਰਦੇ ਅੱਜ ਮੇਰੇ ਨਾਲ ਹੋਈ ਕੱਲ੍ਹ ਨੂੰ ਕਿਸੇ ਹੋਰ ਨਾਲ ਨਹੀਂ ਹੋ ਸਕਦੀ ਦੇਖੋ ਜੀ ਇਹਨਾਂ ਨੇ ਗੁੰਡਾਗਰਦੀ ਕਰਦੀਆਂ ਇਹ ਮੁਹੱਲੇ ਦੇ ਜਿਹੜੇ ਬੰਦੇ ਆ ਜਨਾਨੀਆਂ ਨੂੰ ਅੱਗੇ ਲਾ ਕੇ ਇਹ ਚਾਹੁੰਦੇ ਆ ਵੀ ਜਨਾਨੀਆਂ ਅੱਗੇ ਲੱਗਣ ਤੇ ਅਸੀਂ ਕੋਈ ਨਾ ਕੋਈ ਐਲੀਗੇਸ਼ਨ ਡਾਕਟਰ ਭੰਗੂ ਤੇ ਲਾਈਏ ਇਹ ਜਾਣ ਬੁੱਝ ਕੇ ਇਹ ਮੈਨੂੰ ਬਦਨਾਮ ਕਰਨ ਵਾਸਤੇ ਕਿਉਂਕਿ ਮੇਰੀ ਇੱਥੇ ਫੈਮਿਲੀ ਰਹਿੰਦੀ ਆ ਮੇਰਾ ਬੇਟਾ ਆ ਅਤੇ ਮੈਂ ਜਦੋਂ ਘਰੋਂ ਜਾਣ ਦਿਆ ਸਾਂ ਹੋਸਪਿਟਲ ਨੂੰ ਅਤੇ ਮੈਂ ਵਾਪਸ ਜਦੋਂ ਘਰੋਂ ਇੱਥੇ ਮੋਬਾਈਲ ਲੈਣ ਆਇਆ ਅਤੇ ਇਹਨਾਂ ਨੇ ਰਾਜ ਘੇਰ ਕੇ ਜਿਹੜਾ ਇੱਕ ਬਲੈਰੋ ਗੱਡੀ ਦੇ ਨਾਲ ਛੱਤੇ ਬੰਦੇ ਸੱਦੇ ਸੀ ਬਲੈਰੋ ਗੱਡੀ ਦੀ ਬੁੰਡ ਅਤੇ ਸ਼ਰਾਬ ਰੱਖ ਕੇ ਪੀਂਦੇ ਸੀ ਨਾਲ ਜਿਹੜਾ SGPC 'ਚ ਜਾਂਦੇ ਆ ਲੱਗਾ ਆ ਫੁੰਮਨ ਸਿੰਘ ਉਹ ਰਾਤ ਸ਼ਰਾਬੀ ਹੋਇਆ ਸੀ ਲੱਗਾ ਸ਼੍ਰੋਮਣੀ ਕਮੇਟੀ 'ਚ ਇਹਦੀ ਵੀ ਸ਼ਿਕਾਇਤ ਮੈਂ ਸ਼੍ਰੋਮਣੀ ਕਮੇਟੀ ਨੂੰ ਕਰਾਂਗਾ 11:30 ਵਜੇ ਸੀ ਇਹ ਉੱਥੇ ਇਹਨਾਂ ਨੇ ਮੰਡਲੀ ਬਣਾਈ ਸੀ ਮੇਰੀ ਗੱਡੀ ਨੂੰ ਘੇੜ ਕੇ ਇਹਨਾਂ ਸ਼ੀਸ਼ੇ ਭੰਨੇ ਉਹਦੇ ਮੌਕੇ 'ਤੇ ਮੈਂ ਗੱਡੀ 'ਚੋਂ ਬਾਹਰ ਨਹੀਂ ਨਿਕਲਿਆ ਇਹਨਾਂ ਦੇ ਬਾਹਰ 5 CCTV ਕੈਮਰੇ ਆ 5 ਘਰਾਂ ਦੇ ਵਿੱਚ ਉਹਨਾਂ ਦੇ ਵਿੱਚ ਦੇਖ ਲਓ ਵੀ ਇਹ ਮੈਂ ਗੱਡੀ 'ਚੋਂ ਬਾਹਰ ਵੀ ਨਿਕਲਿਆ ਜਾਂ ਮੈਂ ਉਹ ਵੀ ਕੀਤੀ ਆ ਅਤੇ ਮੇਰੇ 'ਤੇ ਬੰਦੀ ਜ਼ਰੂਰ ਕਾਰਵਾਈ ਕੀਤੀ ਜਾਵੇ ਅਤੇ ਮੋਬਾਈਲ ਇੱਕ ਜਿਹੜਾ ਹੈਗਾ ਆ ਜਿਹਦੇ ਵਿੱਚ ਮੈਂ ਮੂਵੀ ਬਣਾਈ ਹੋਈ ਸੀ ਗੱਡੀ 'ਚ ਬਹਿ ਕੇ ਅਤੇ ਇੱਕ ਮੇਰੀ ਘੜੀ ਸੈਮਸੰਗ ਗੇਅਰ 32,000 ਦੀ 45,000 ਦਾ ਮੇਰਾ ਮੋਬਾਈਲ ਆ ਜਿਹੜਾ ਇਹਨਾਂ ਨੇ ਰਾਜਨ ਨੇ ਬੁੱਟਰ ਨੇ ਰਾਜਵੀਰ ਕੌਰ ਨੇ ਮੇਰੇ ਗੱਡੀ ਦੇ ਵਿੱਚ ਅੰਦਰ ਪੈ ਕੇ ਗੋਪੀ ਅਤੇ ਫੁੰਮਣ ਅਤੇ ਗੋਪੀ ਸ਼ੀਸ਼ੇ ਭੰਨਦੇ ਸੀ ਇਹਨਾਂ ਨੇ ਬਾਰੀ ਖੋਲ੍ਹ ਕੇ ਵਿੱਚੋਂ ਮੇਰੇ ਹੱਥੋਂ ਮੋਬਾਈਲ ਅਤੇ ਮੇਰੀ ਘੜੀ ਖੋਹੀ ਆ ਮੈਂ ਮੌਕੇ 'ਤੇ 100 ਨੰਬਰ 'ਤੇ ਕਾਲ ਕੀਤੀ ਕੰਟਰੋਲ ਰੂਮ 'ਤੇ ਵੀ ਸਾਨੂੰ ਇਹ ਪੈ ਗਏ ਆ ਸੋਡੇ ਦੀਆਂ ਦੂਜੀਆਂ ਬੋਤਲਾਂ ਅਤੇ ਬੀਅਰ ਦੀਆਂ ਬੋਤਲਾਂ ਭੰਨ ਅਤੇ ਡੰਡੇ ਦੇ ਕਿਰਪਾਨਾਂ ਅਤੇ ਗਨਾਸੀਆਂ ਨਾਲ ਇਹਨਾਂ ਨੇ ਸ਼ੀਸ਼ੇ ਭੰਨੇ ਆ ਇਹ ਰਾਹ ਜਿਹੜਾ ਆ ਅਨਲੀਗਲੀ ਆ ਕਿਉਂਕਿ ਮੇਰੀ ਰਜਿਸਟਰੀ 'ਚ ਅੱਗੇ ਲਿਖਿਆ ਹੋਇਆ ਆ ਵੀ ਇਹ ਰਾਹ ਬੰਦ ਆ ਅਤੇ ਜਿਹੜਾ ਕਲੋਨਾਈਜ਼ਰ ਆ ਆਹ ਦੇਖੋ ਉਹਨਾਂ ਲਿਖ ਕੇ ਦਿੱਤਾ ਹੋਇਆ ਆ ਵੀ ਇਹ ਜਿਹੜਾ ਆ ਇਹ ਅੱਗੇ ਰਸਤਾ ਬੰਦ ਹੈ ਇਹ ਇੱਧਰ ਕਮਰਸ਼ੀਅਲ ਦੁਕਾਨਾਂ ਪਾ ਕੇ ਅਤੇ ਮੇਰੇ ਘਰ ਦੇ ਅੱਗੋਂ ਦੀ ਮੋਟਰਸਾਈਕਲ ਵੀ ਨਾ ਲੱਗੇ ਨਾਲ ਜੋੜ ਕੇ ਰਾਹ ਕੱਢਣਾ ਚਾਹੁੰਦੇ ਜੋ ਅਨਲਿਗਲੀ ਆ ਮੈਂ ਇਹਤੋਂ ਇਹਨਾਂ ਨੂੰ ਮਨਾ ਕਰਦਾ ਅਤੇ ਇਹ ਚਾਹੁੰਦੇ ਆ ਵੀ ਇਹ ਇਕੱਲਾ ਆ ਇਹਦੇ ਫੈਮਿਲੀ ਆ ਅਤੇ ਇਹ ਜਿਹੜਾ ਆ ਇਹ ਇਹਦੇ 'ਤੇ ਦਬਾਅ ਪਾ ਕੇ ਇਹ 'ਤੇ ਝੂਠਾ ਪਰਚਾ ਕੀਤਾ ਜਾਵੇ ਮੈਂ ਕਹਿੰਦਾ ਆ CCTV ਕੈਮਰੇ ਫੁਟੇਜ ਘਟਾ ਕੇ ਇੱਥੇ ਦਿੱਤੀ ਜਾਵੇ ਜੇ ਮੇਰਾ ਗਨਾਹ ਆ ਤਾਂ ਮੇਰੇ 'ਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਇਹਨਾਂ ਮੇਰੇ ਨਾਲ ਖੋਹ ਕੀਤੀ ਆ ਮੇਰੇ ਗੱਡੀ ਦੇ ਸ਼ੀਸ਼ੇ ਭੰਨੇ ਆ ਮੇਰਾ ਰਸਤਾ ਰੁਕਿਆ ਜੋ ਕਾਨੂੰਨ ਸਾਹਿਬ ਧਾਰਾ ਮੰਨਦੇ ਆ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਇਹਨਾਂ ਦੇ ਵਿਰੁੱਧ ਜਨਾਨੀ ਰਾਜਵੀਰ ਕੌਰ ਦਵਿੰਦਰ ਬੁੱਟਰ ਦਵਿੰਦਰ ਕੌਰ ਬੁੱਟਰ ਸੁਮਨ ਅਤੇ ਗੋਪੀ ਇਹਨਾਂ 'ਤੇ ਬੰਦੀ ਕਾਰਵਾਈ ਕੀਤੀ ਜਾਵੇ ਕਿਉਂ ਨਹੀਂ ਉਤਰਿਆ ਭਾਅ ਜੀ ਕਿਡਨੈਪ ਟੀਮ ਤਾਂ ਹੁੰਦੀ ਮੈਂ ਗੱਡੀ 'ਚੋਂ ਉੱਤਰ ਕੇ ਬਾਹਰ ਨਿਕਲਦਾ ਇਹਨਾਂ CCTV ਕੈਮਰੇ ਖੁਦ ਪੁਲਿਸ ਨੂੰ ਵਿਖਾਈ ਆ ਮੈਂ ਗੱਡੀ 'ਚੋਂ ਬਾਹਰ ਨਹੀਂ ਨਿਕਲਦਿਆ ਫੌਜੀਆਂ ਜਿਹੜੀ ਆ ਇਹ ਕਰੈਕਟਰ ਦੀ ਬੋੜੀ ਮਾਰੀ ਆ ਇਹਦੀ ਮਹੱਲੇ ਵਾਲਿਆਂ ਨੇ ਵੀ ਹੁਣ ਮੈਂ ਕੀ ਕਹਾਂ ਇਹਦੇ ਘਰ ਜਿਹੜੇ ਬੰਦੇ ਉਹਦੇ ਲੋਕ ਫੋਟੋਆਂ ਖਿੱਚ ਕੇ ਵੀ ਪਾਉਂਦੇ ਰਹੇ ਆ ਮੈਂ ਤਾਂ ਗੱਲ ਹੀ ਨਹੀਂ ਕਰਨਾ ਚਾਹੁੰਦਾ ਧੀਆਂ ਭੈਣਾਂ ਇੱਕੋ ਜਿਹੀਆਂ ਹੁੰਦੀਆਂ ਪਰ ਇਹ ਜਾਣ ਬੁੱਝ ਕੇ ਇਹ ਗਲਤ ਫਾਇਦਾ ਹੁੰਦੀ ਇੱਕ ਪੁਲਿਸ ਅਫਸਰ ਆ ਜਿਹਦੀ ਸ਼ਹਿ 'ਤੇ ਇਹ ਸਭ ਕੁਝ ਕਰ ਰਹੀ ਆ ਭੰਗੂ ਡਾਕਟਰ ਕਹਿੰਦੇ ਆ ਉਹਦਾ ਪਰਲੇ ਪਾਸੇ ਕਰ ਰਿਹਾ ਮੈਡਮ ਦਾ ਉਤੋਂ ਪਹਿਲਾਂ ਆ ਜਾਂਦਾ ਇਹਨਾਂ ਦਾ ਪਹਿਲਾਂ ਵੀ ਇਹਨਾਂ ਰਸਤਾ ਕੱਢਣ ਤੋਂ ਕੋਈ ਮਾੜਾ ਮੋਟਾ ਤੂੰ ਤੋਂ ਮੈਂ ਇੱਕ ਦੇਰੀ ਹੋਈ ਆ ਅਤੇ ਇਹ ਕਰਕੇ ਇਹਨਾਂ ਦਾ ਝਗੜਾ ਹੋਇਆ
नहीं मार्केट वाली कोई गल नहीं, तो जे वो मार्केट वाली पहले ही दस जने होंगे, जो मार्केट हों भी जो कल रोक के कुट लेना वो मार्केट होंगी है, बिल्कुल अलग अलग ही कर रहा, तो ना ही वो किडनैप वाली गल है। जो किडनैप हों जो बहुत बंदा किसी किडनैप करके लै जाता, जो गुआंढ एक दूजे को जानता वो तकरार ना कुदरती रंजिशबाजी करके झगड़ा आ, वो बाकी एस एच ओ साहब तफतीश कर रहे हैं, जो सामने आऊगी वो खिलाफ सख्त तो सख्त कार्रवाई की जाऊगी। रस्ता दो कलोनिया का बंद आ, रस्ता उतों दो कलोनिया का रस्ता बंद आ, कंध हुई है। मेरे कल इन्होंने कोई कहते भी रस्ता उधर कढ़ना चाहते हैं, तो पंगू डाक्टर का भी मेरे घर के गुंदी लंघ का मैं रस्ता नहीं कट देना, इस करके झगड़ा है। तो एक कमरशल प्लाट नहीं ना हूँ, वो तो कलोनी का कटिया प्लाट। अच्छा, मैडिकल कराया जी, डाक्टर ले सैंपल सटिया, मेरे को एम एल आर पई है। नहीं पिस्टल तो पंगू को अपना लाइसेंस ही रिवालवर आ, मेरे को जमा भी है, तो गड्डी है एक ब्लैक रंग की, अगला फ्रंट शीशा भजा है। तो एक दूजे के ब्लेम लाते पार्टी पंगू कहती है भी मेरा शीशा तोड़ता, मैंने घेर लिया जी, मैंने अगों बलैरो गड्डी डा के रोक लिया। पर हूँ सामने गल ये तो बलैरो पर लगी है, पिछों आ रहा, पर हूँ इन पासे जो कैमरे वो कहते कैमरे बंद है, पर हूँ एस एच ओ साहब तफतीश कर रहे हैं, जो होगा बंद ही, सख्त तो सख्त कार्रवाई भी की जाऊगी जी गलती होगी।